ਬਾਥਰੂਮ ਜਾਣੇ ਗਿੱਤਾ ਇਹ ਕਦੇ ਨਹੀਂ ਕਰਦੀ ਜਿੱਦ ਅੱਛਾ ਬਾਥਰੂਮ ਜਾਣੇ ਗਿੱਤਾ ਇਹ ਕਦੇ ਨਹੀਂ ਕਰਦੀ ਜਿੱਦ ਅਰਥ ਹੈ ਕਿ ਆਪਣਾ ਸਮਝਿਆ ਕਰੀ ਉਹਦੀ ਲਿੱਦ ਬਹੁਤ ਸ਼ਾਬਾ ਅਰਥ ਹੈ ਕਿ ਆਪਣਾ ਸਮਝਿਆ ਕਈ ਟਿਕਾਂਦੀ ਲਿੱਦ ਸਵੱਛ ਭਾਰਤ ਅਭਿਆਨ ਦੀ ਹਾਲੀ ਸਮਝ ਇਸ ਦੀ ਥੋੜੀ ਤੁਸੇ ਹੀ ਚਾਹੀਦੀ ਬਿਆਹ ਲਈ ਗੱਡੀ ਕੁਸੇ ਹੀ ਚਾਹੀਦੀ ਘੋੜੀ ਤਾਂ ਟ੍ਰੈਫਿਕ ਪੁਲਿਸ ਵੀ ਘੋੜੀ ਉੱਪਰ ਤੁਸੇ ਨਹੀਂ ਰੋਕੀ ਸਕਦੀ ਨਹੀਂ ਰੋਕਦੀ ਐ ਟ੍ਰੈਫਿਕ ਪੁਲਿਸ ਵੀ ਘੋੜੀ ਉੱਪਰ ਤੁਸੇ ਨਹੀਂ ਰੋਕੀ ਸਕਦੀ ਹੈਲਮਟ ਤੇ ਲਾਇਸੈਂਸ ਬਿਨਾਂ ਇਹ ਕਦੇ ਨਹੀਂ ਟੋਕੀ ਸਕਦੀ ਫੋਰ ਬਿਲ ਰੇ ਦੀ ਗਿਣਤੀ ਵਿੱਚ ਇਹਦਾ ਨਾ ਛੋੜੇ ਦਾ ਜੋੜੀ ਕੁਛੇ ਚਾਹੀਦੀ ਬਿਆਲੀ ਗੱਡੀ ਕੁਛੇ ਚਾਹੀਦੀ ਘੋੜੀ ਵਾ ਵਾ ਮੀਗੀ ਮੇਰਾ ਮਿੱਤਰ ਮੇਰਾ ਮਿੱਤਰ ਬੜਾ ਮਾਨ ਦਿੰਦਾ ਹੈ ਮੇਰੀ ਹਰ ਇੱਕ ਗੱਲਾ ਪਰੋ ਧਿਆਨ ਦਿੰਦਾ ਹੈ ਪੈਸਾ ਫਜ਼ੂਲ ਖਰਚਣਾ ਕੋਈ ਠੀਕ ਗੱਲ ਨਹੀਂ ਹਮ ਮੇਰੇ ਕਾ ਪੱਲਿਆ ਖਾਈ ਮੀ ਉਹ ਗਿਆਨ ਦਿੰਦਾ ਹੈ ਖੁਰ ਕੇ ਦਿਖੋ ਹਮਾਰੇ ਅੱਛਾ ਖੁਰ ਕੇ ਇਹ ਹੈ ਭਈ ਨਾ ਦਿਖਦੀ ਥਾਰ ਕਥਾਰ ਤੇ ਨਾ ਦਿਖਦੀ ਇਹ ਮੌਕਾ ਅੱਛਾ ਨਹੀਂ ਦਿਖਦੀ ਖੁਰ ਕੈਸੀ ਚਹੀਏ ਹਮਾਰੇ ਕਿ ਕੁਥੇ-ਕੁਥੇ ਹੁੰਦੀ ਐ ਦੱਸਣ ਨਹੀਂ ਹੁੰਦਾ ਨਾ ਐ ਦਿਖਦੀ ਥਾਰ ਕਥਾਰ ਤੇ ਨਾ ਦਿਖਦੀ ਐ ਮੌਕਾ ਨਾ ਐ ਦਿਖਦੀ ਰਿਸ਼ਤਾ ਨਾਤਾ ਨਾ ਐ ਵੱਡਾ ਲੋਕਾ ਐਸੇ-ਐਸੇ ਥਾਰ ਹੁੰਦੀ ਮੈਂ ਨਹੀਂ ਦੱਸੀ ਸਕਦਾ ਨਾ ਗਰਜੀ ਰੋਈ ਸਕਦਾ ਤੇ ਨਾ ਗ ਅਸੀ ਸਕਦਾ ਤੋ ਦਾਤ ਕੀ ਐ ਕਈ ਵਾਰੀ ਅਸੀਂ ਕੰਦੇ ਨੇ ਪਿੱਠ ਘਰੇੜੀ ਬਹੁਤ ਅੱਛਾ ਦਾਤ ਕੀ ਐ ਕਈ ਵਾਰੀ ਅਸੀਂ ਕੰਦੇ ਨੇ ਪਿੱਠ ਘਰੇੜੀ ਤੋ ਨੱਕੇ ਹੀ ਲੱਗੀ ਖੁਰਕ ਦਾ ਪਲੇ ਚ ਮੁੰਡੀ ਕਰ ਰਹੀ ਨੇੜੀ ਇਸ ਖੁਰਕਾ ਦੀਆਂ ਦੁਨੀਆ ਅੰਦਰ ਹੁੰਦੀਆਂ ਕਿਸਮਾਂ ਲੱਖਾਂ ਕੇ ਕੇ ਦੱਸਾਂ ਸਵਾਦ ਤੁਸੀਂ ਕੀ ਕੇ ਕੇ ਆਪੂ ਚੱਖਾਂ ਤੋ ਬਚ ਨਹੀਂ ਸਕਦੇ ਇਹਦੇ ਸ਼ਾਬੀ ਐਲਕਾਰ ਤੇ ਅਫਸਰ ਵਾਹ ਵਾਹ ਬਚ ਨਹੀਂ ਸਕਦੇ ਇਹਦੇ ਸ਼ਾਬੀ ਐਲਕਾਰ ਤੇ ਅਫਸਰ ਪਰਦੇ ਲੱਬੇ ਕੰਨ ਸਦਾ ਗਾਇਤ ਇੱਕ ਦੂਏ ਦੇ ਅਕਸਰ ਤਖੁਰਕ ਆਪਣੀ ਮਿੱਠੀ ਕਰਨੇ ਸਭ ਕੱਡਾ ਦੇ ਚਸ ਵਾਹ ਵਾਹ ਖੁਰਕ ਆਪਣੀ ਮਿੱਠੀ ਕਰਨੀ ਸਭ ਕੱਡਾ ਦੇ ਚਸ ਭਾਵੇਂ ਉਹ ਗਵਾਂਢ ਤੇ ਮੱਲਾ ਭਾਵੇਂ ਨੂੰ ਤੇ ਸਸ ਤੇ ਚੋਰੀ ਡਾਕਾ ਕਰੀਏ ਜੇ ਕੋਈ ਲੇ ਜਾ ਸੋਤੀ ਫੰਡੀ ਤਖੁਰਕ ਨੁਹਾੜੀ ਹੁੰਦੀ ਜੇ ਆਵਾਲਾ ਚ ਠੰਡੇ ਡੋਗਰੀ ਕਵਿਤਾ ਚ ਬਿਆੰਗ ਦੀ ਬੜੀ ਮਤੀ ਜਿਹੜੀ ਕਮੀ ਐ ਉਹ ਦਿਖੀ ਜਾ ਕਰਦੀ ਐ ਸ਼ੁਰੂਆਤੀ ਦੌਰ ਵਿੱਚ ਵੀ ਬੜੇ ਗਿਨੇ ਚੁਨੇ ਦੇ ਕਵੀ ਰਹੇ ਪਰ ਸਮਾ ਬਦਲਿਆ ਪਾਸ਼ਾ ਚ ਬੜਾ ਵੱਡਾ ਬਦਲਾਅ ਵੀ ਆਇਆ ਪਰ ਵਿਅੰਗ ਦੇ ਮਾਮਲੇ ਚ ਅਜੇ ਵੀ ਡੋਗਰੀ ਭਾਸ਼ਾ ਜਿਹੜੀ ਐ ਉਹ ਗਰੀਬਣੀ ਐ ਗਿਨੇ ਚੁਨੇ ਦੇ ਨਾਂ ਨਿੰਦੇ ਚ ਪ੍ਰਮੁੱਖ ਨਾਂ ਆਉਂਦੇ ਨੇ ਕੇਵਲ ਕੁਮਾਰ ਕੇਵਲ ਰੰਦੀਰ ਸਿੰਘ ਰਾਏਪੁਰੀਆ ਤੇ ਵਿਜੇ ਸ਼ਰਮਾ ਔਰ ਅੱਜ ਵਿਜੇ ਸ਼ਰਮਾ ਔਰ ਮੇਰੇ ਕੰਨੇ ਬੈਠੇ ਦੇ ਨਾ ਬਾਲ ਸਹਿਿਤੇ ਅਕੈਡਮੀ ਪੁਰਸਕਾਰ ਵਿਜੇਤਾ ਨਾ ਤੇ ਘਟੂਆ ਰਹਿੰਦੇ ਇੱਕ ਦੇ ਵਿਜੇ ਜੀ ਤੁੰ ਦਾ ਮਤਾ ਮਤਾ ਸਵਾਗਤ ਹੈ ਸਾਰੀ ਸਿੱਧੀ ਲਕੀਰ ਚ ਸ਼ੁਕਰੇ ਮਹਾਰਾਜ ਸ਼ੁਕਰੇ ਬਹੁਤ ਬਹੁਤ ਅੱਛਾ ਮੈਂ ਇਹ ਦੱਸੋ ਭਈ ਇਹ ਸ਼ੁਰੂਆਤ ਜਿਹੜੀ ਕਵਤਾ ਦੀ ਹੈ ਇਹ ਤੁਸੀਂ ਕਦੋਂ ਕੀਤੀ ਮੈਂ ਜੀ 1978 ਚ ਅਖਨੂਰ ਮਲੇ ਮਸ਼ਹਰੇ ਹੁੰਦੇ ਏ ਤੇ ਪਦਮਦੇਵ ਸਿੰਘ ਨਿਰਦੋਸ਼ ਉਹ ਪਦਮ ਸਿੰਘ ਨਿਰਦੋਸ਼ ਹਰ ਕਰਾਂਦੇ ਹੈ ਤੇ ਉਸ ਦਾ ਮਸ਼ਹਹ ਜਲਾ ਹੁੰਦਾ ਤੇ 7 ਵਜੇ ਦਾ ਬਾਜ਼ਾਰ ਬੰਦ ਹੋ ਜਾਂਦਾ ਅੱਜ ਮਾਰੇ ਬੜਾ ਵੱਡਾ ਮਸ਼ਹਹ ਹੈ ਅੱਜ ਮਾਰੇ ਮਸ਼ਹਹ ਹੁੰਦਾ ਔਰ ਅਤੀ 2-2 ਵੇ ਤੱਕ ਰੋਗ ਬੂਟਿਆਂ ਪਰ ਚੜੇ ਹੁੰਦੇ ਬੂਟਿਆਂ ਪਰ ਦੀਵਾਰਾਂ ਪਰ ਤੇ ਉਹ ਮਸ਼ਹਹ ਦੇ ਪਰਤੇ ਲੱਭੇ ਨਹੀਂ ਹਰੇ ਸੁਖਣਿਆ ਕੇ ਸਹੀ ਹੁੰਦਾ ਉੱਥੇ ਬਸੰਤ ਰਾਮ ਬਸੰਤ ਔਰ ਆਦਰਯੋਗ ਦਿਨੂ ਭਾਈ ਪੰਤ ਔਰ ਗੋਗਰਾਮ ਸਾਥੀ ਔਰ ਉਹ ਸਾਰੇ ਕੀ ਮਜਈਏ ਮਨੇ ਗਜ਼ਲਿਆਂ ਵਾਲੇ 2-3 ਹੁੰਦੇ ਬੇਜਪਾਲ ਦੀਪੁਰ ਇਹ ਔਰ ਹੋਈ ਹੈ ਤੂੰ ਕਬਤਾ ਦਾ ਮਤਲਬ ਇਹ ਹੁੰਦਾ ਹੈ ਪੀ ਮਨ ਲਾ ਕੇ ਮਨੋਰੰਜਨ ਵੀ ਕਰਨਾ ਪਲੱਸ ਉਹਦੇ ਵਿੱਚ ਕੋਈ ਮੈਸੇਜ ਹੋਵੇ ਮੈਸੇਜ ਹੋਵੇ ਬੇੰਗਾਤਮਕ ਤਰੀਕੇ ਨਾਲ ਤਾਂ ਆਈ ਕਲ ਸਾਰੇ ਗਜ਼ਲ ਗੀਤੇ ਆ ਬਸ ਇਹ ਚਾਲਾ ਦਿਨ ਰੋਮਾਂਟਿਕ ਸਮਝ ਨਹੀਂ ਆਂਦੀ ਬੇੰਗ ਹਤੀ ਨਹੀਂ ਆ ਸਾਰਾ ਔਰ ਮੈਂ ਤੁਹਾਨੂੰ ਦੱਸੀ ਦਿਆਂ ਕਿ ਵੀਜੀ ਹੋਰ ਪੇਸ਼ੇਤਮਾ ਇੰਜੀਨੀਅਰ ਨੇ ਤੇ ਏਡਬਲਿਊ ਰਿਟਾਇਰ ਹੋਏ ਏਡਬਲਿਊ ਈ ਜਿਹੜੇ ਨੇ ਇਹ ਰਿਟਾਇਰ ਹੋਏ ਦਿਨ ਔਰ ਹੁਣ ਵੀ ਜਿਹੜੀ ਕਾਬੇ ਸਿਰਜਣਾ ਹੈ ਖਾਸ ਤੌਰ ਪਰ ਬੇੰਗ ਲਗਾਤਾਰ ਲਿਖਾ ਕਰਦੇ ਗੱਲ ਬਾਤ ਐ ਅਸੀਂ ਇਹ ਦਿਨਾਂ ਕਰਨੀ ਕਰਨੀ ਆ ਪਹਿਲਾਂ ਕਿੰਦੀ ਬੜੀ ਮਸ਼ਹੂਰ ਇੱਕ व्यंगात्मक आख देना कत्ता ऐंदी गड्डी ते कोड़ी हां गड्डी कोड़ी गड्डी ते कोड़ी उन तो सापू देखो गड्डी के आख दी ते कोड़ी के आख दी है मुलाजाफर मौजी देखो जी एक जमाना हा कि घोड़े ਦੇ ਬਾਲ ਉੱਪਰ ਰਾਜੇ ਬੜਬੜੇ ਇਲਾਕੇ ਜਿੱਤੇ ਹਦੇ ਕੀਤੇ ਜੀ ਅਦੋਂ ਕਿਹੜੀਆਂ ਜਿਪਸੀ ਹੁੰਦੀਆਂ ਜਾਂ ਹੋਰ ਕੋ ਗੱਡੀਆਂ ਹੁੰਦੀਆਂ ਤੋਂ ਅੱਜ ਕੱਲ ਵੀ ਦਿਖੋ ਅੱਜ ਕੱਲ ਇਹ ਆ ਵੀ ਜਿਹੜਾ ਜਾਗਤ ਹੈ ਨਾ ਉਹ ਲਾੜਾ ਘੋੜੇ ਰ ਬੋਣਾ ਨਹੀਂ ਚਾਹਦਾ ਸ਼ਰਮ ਸੰਵੇਦਾ ਤੂੰ ਆਕੀ ਮਿੰਟ ਨਾ ਮਾਰਨ ਹੁੰਦੀ ਆਈਕਲ ਜਾਤੇ ਕੋਲ ਮਤਲਬ ਆਪਣੀ ਓਕੇ ਗੱਲ ਹੀ ਰਹੀ ਏ ਤੇ ਪਹਿਲੇ ਲੋਕਾਂ ਕੋ ਘੋੜੇ ਸ਼ੌਕੀਆ ਘਰ ਰੱਖੇ ਹੁੰਦੇ ਨੇ ਹਾਂ ਸਵਾਰੇ ਮੰਨ ਹਾਂ ਤੇ ਮੈਂ ਗੱਡੀ ਤੇ ਘੋੜੀ ਦਾ ਕੰਪੈਰੀਜ਼ਨ ਕੀਤਾ ਤਾਂ ਸਾਗਰ ਸਾਹਿਬ ਜਿਹੜਾ ਦੇਖਿਓ ਆਖਦਾ ਹਾਂ ਕਿ ਕਿਸੇ ਚਾਹੀਦੀ ਵਿਆਹ ਲਈ ਗੱਡੀ ਤੇ ਕਿਸੇ ਚਾਹੀਦੀ ਘੋੜੀ ਅੱਛਾ ਆਦਾ ਗੱਡੀ ਐਕਸੀਡੈਂਟ ਕਰਿਆ ਤਾਂ ਹੁੰਦਾ ਝੱਟ ਚਲਾਣ ਗੱਡੀ ਐਕਸੀਡੈਂਟ ਕਰਿਆ ਤਾਂ ਹੁੰਦਾ ਝੱਟ ਚਲਾਣ ਘੋੜੀ ਦੀ ਨੰਬਰ ਫਲੇੜ ਗਏ ਨਹੀਂ ਇਹਦੀ ਸ਼ਾਨ ਵਾ ਵਾ ਦੇਈ ਦਲਤਾ ਭਾਵੇਂ ਕਿਸੇ ਦੇ ਦੰਦੇਂ ਦੀਏ ਤਰੋੜੀ ਕਿਸੇ ਚਾਹੀਦੀ ਵਿਆਹ ਲਈ ਗੱਡੀ ਕਿਸੇ ਚਾਹੀਦੀ ਘ ਆਦਾ ਗੱਡੀ ਦੀ ਹਰ ਸਾਲ ਦੋਸਤੋ ਕੀਮਤ ਰੋਂਦੀ ਘਟਦੀ ਅੱਛਾ ਗੱਡੀ ਦੀ ਹਰ ਸਾਲ ਦੋਸਤੋ ਕੀਮਤ ਰੋਂਦੀ ਘਟਦੀ ਪਰ ਘੋੜੀ ਬੰਸ਼ ਵਧਾਣੇ ਕੋਲਾ ਕਦੇ ਨਹੀਂ ਪਿੱਛੇ ਅੜਦੀ ਵਾਹ ਨਾ ਕਦੇ ਇਸੀ ਚੜਦੀ ਐਨਕ ਨਾ ਹੀ ਹੁੰਦੀ ਬੋੜੀ ਉਸੇ ਹੀ ਚਾਹੀਦੀ ਵਿਆਹ ਲਈ ਗੱਡੀ ਉਸੇ ਹੀ ਚਾਹੀਦੀ ਘੋੜੀ ਤੋ ਆਦਾ ਜਿਸਨੇ ਵੀ ਇਸੀ ਮਾਰੋ ਅੱਡੀ ਪਲੇ ਚਲਾਂਦੀ ਖਿੱਟ ਹਾਂ ਜਿਸਨੇ ਵੀ ਇਸੀ ਮਾਰੋ ਅੱਡੀ ਪਲੇ ਚਲਾਂਦੀ ਖਿੱਟ ਕਦੇ ਬੈਟਰੀ ਡਾਊਨ ਨਹੀਂ ਹੁੰਦੀ ਅਰਧਮ ਰਹੁੰਦੀ ਫਿੱਟ ਵਾ ਵਾ ਪਰ ਗੱਡੀ ਹੀ ਕਈ ਵਾਰੀ ਅਸੀਂ ਤੱਕੇ ਲੈ ਲਈ ਛੋੜੀ ਕਿਸੇ ਚਾਹੀਦੀ ਵਿਆ ਲਈ ਗੱਡੀ ਕਿਸੇ ਚਾਹੀਦੀ ਕੋੜੀ ਵਾ ਵਾ ਤੂੰ ਕੋੜੀ ਚ ਪੈਟਰੋਲ ਨਹੀਂ ਪਉਂਦਾ ਇਹ ਵੀ ਮੁੱਕੀ ਟੈਨਸ਼ਨ ਅੱਛਾ ਕੋੜੀ ਚ ਪੈਟਰੋਲ ਨਹੀਂ ਪਉਂਦਾ ਇਹ ਵੀ ਮੁੱਕੀ ਟੈਨਸ਼ਨ ਸਾਰੀ ਉਮਰੇ ਕਰੇ ਨੌਕਰੀ ਕਦੇ ਨਹੀਂ ਹੁੰਦੀ ਪੈਨਸ਼ਨ ਅੱਛਾ ਕੋੜੀ ਚ ਪੈਟਰੋਲ ਨਹੀਂ ਪਉਂਦਾ ਇਹ ਵੀ ਮੁੱਕੀ ਟੈਨਸ਼ਨ ਸਾਰੀ ਉਮਰੇ ਕਰੇ ਨੌਕਰੀ ਕਦੇ ਨਹੀਂ ਹੁੰਦੀ ਪੈਨਸ਼ਨ ਇਸੇ ਦੁਆਰ ਨੇ ਲਈ ਅਸੀਂ ਨਹੀਂ ਚਾਹੀ ਕਦੇ ਮਰੋੜੀ ਤੁਸੇ ਚਾਹੀਦੀ ਵਿਆਹ ਲਈ ਗੱਡੀ ਕੁਸੇ ਚਾਹੀਦੀ ਕੋੜੀ ਤੋ ਆਦਾ ਮਾਰਾ ਹੈ ਕਿ ਬਾਥਰੂਮ ਜਾਣੇ ਗਿੱਤਾ ਹੈ ਇਹ ਕਦੇ ਨਹੀਂ ਕਰਦੀ ਜਿੱਦ ਅੱਛਾ ਬਾਥਰੂਮ ਜਾਣੇ ਗਿੱਤਾ ਹੈ ਇਹ ਕਦੇ ਨਹੀਂ ਕਰਦੀ ਜਿੱਦ ਅਰਥ ਹੈ ਕਿ ਆਪਣਾ ਸਮਝਿਆ ਕਰੀ ਓੜ ਦੀ ਲਿੱਦ ਬਹੁਤ ਸ਼ਾਬਾ ਅਰਥ ਹੈ ਕਿ ਆਪਣਾ ਸਮਝਿਆ ਕਰੀ ਟਿਕਾਂਦੀ ਲਿੱਦ ਸਵੱਛ ਭਾਰਤ ਅਭਿਆਨ ਦੀ ਹਾਲੀ ਸਮਝ ਇਸ ਦੀ ਥੋੜੀ ਤੁਸੇ ਚਾਹੀਦੀ ਵਿਆਹ ਲਈ ਗੱਡੀ ਕੁਸੇ ਚਾਹੀਦੀ ਕੋੜੀ ਤੋ ਟ੍ਰੈਫਿਕ ਪੁਲਿਸ ਵੀ ਘੋੜੀ ਉੱਪਰ ਤੁਸੇ ਨਹੀਂ ਰੋਕੀ ਸਕਦੀ ਨਹੀਂ ਰੋਕਦੀ ਆ ਟ੍ਰੈਫਿਕ ਪੁਲਿਸ ਵੀ ਘੋੜੀ ਉੱਪਰ ਤੁਸੇ ਨਹੀਂ ਰੋਕੀ ਸਕਦੀ ਹੈਲਮਟ ਤੇ ਲਾਇਸੈਂਸ ਬਿਨਾ ਇਹ ਕਦੇ ਨਹੀਂ ਟੋਕੀ ਸਕਦੀ ਫੋਰ ਬਿਲ ਰੇ ਦੀ ਗਿਣਤੀ ਵਿੱਚ ਇਹਦਾ ਨਾਂ ਛੋੜੇ ਦਾ ਜੋੜੀ ਕਿਸੇ ਚਾਹੀਦੀ ਬਿਆਲੀ ਗੱਡੀ ਕਿਸੇ ਚਾਹੀਦੀ ਘੋੜੀ ਵਾਹ ਵਾਹ ਤੋ ਆਦਾ ਕਿ ਗੱਡੀਆਂ ਅੰਗਰ ਮਤੇ ਜਨੇਗੀ ਇਹ ਨਹੀਂ ਦਿੰਦੀ ਲਿਫਟ ਅੱਛਾ ਗੱਡੀਆਂ ਅੰਗਰ ਮਤੇ ਜਨੇਗੀ ਇਹ ਨਹੀਂ ਦਿੰਦੀ ਲਿਫਟ ਕੱਲੇ ਕੱਲੇ ਲੈ ਲਾਓ ਭਾਵੇਂ ਰਜੀਆ ਸਾਰੇ ਸ਼ਿਫਟ ਗਿਫਟ ਬੜੀਆਂ ਇਹ ਦਾਜੇ ਚ ਨਹੀਂ ਕਦੇ ਕਿਸੇ ਦੀ ਬੋੜੀ ਤੁਸੇ ਚਾਹੀਦੀ ਵਿਆਹ ਲਈ ਗੱਡੀ ਕਿਸੇ ਚਾਹੀਦੀ ਕੋੜੀ ਆਦਾ ਦਨਕ ਪੁਈਆ ਬਿਲੇ ਕੋੜੀ ਤੇ ਹੋ ਜਾਂਦੀ ਖੁਸ਼ਾਲ ਅੱਛਾ ਜੇ ਲੱਥਾ ਘਾਬਟੋ ਐ ਕੋੜੀ ਬਿਲ ਨਹੀਂ ਮਾਰਦੀ ਦਨਕ ਪੁਈਆ ਬਿਲੇ ਤੇ ਕੋੜੀ ਹੋ ਜਾਂਦੀ ਖੁਸ਼ਾਲ ਪਰ ਗੱਡੀ ਲੇਕਿਨ ਜੇਕਰ ਲੱਗਾ ਬਿੱਲ ਤੇ ਸਮਝੋ ਆਈ ਗਿਆ ਕਾਲ ਹਾਂ ਦਣਕ ਭੁੰਜਾ ਬਿਲਾ ਤੇ ਘੋੜੀ ਹੋ ਜਾਂਦੀ ਖੁਸ਼ਹਾਲ ਪਰ ਗੱਡੀ ਜੇਕਰ ਲਗਾ ਬਿਲਨ ਤੇ ਸਮਝੋ ਆਈ ਗਿਆ ਕਾਲ ਕਦੇ ਚੇਬਣੀ ਪੇ ਘੋੜੀ ਦੀ ਵਰਕਸ਼ਾਪ ਨਹੀਂ ਛੋੜੀ ਕਿਸੇ ਚਾਹੀਦੀ ਬਿਆਲੀ ਗੱਡੀ ਕਿਸੇ ਚਾਹੀਦੀ ਘੋੜੀ ਤੋ ਆਦਾ ਕਿ ਭਾਵੇਂ ਚਾੜਿਆ ਉੱਪਰ ਲਾੜਾ ਜਾ ਟਾਂਗੇ ਨੇ ਜੁਗੜੀ ਪੁੰਨਾ ਮੁੰਡੀ ਕਰੀਆ ਰੱਖੀ ਨਜ਼ਰ ਨਹੀਂ ਕੀਤੀ ਉਬੜੀ ਦਾਲ ਚਨੇ ਦੀ ਕੁਤੇ ਚਰੀ ਤੇ ਕੁਤੇ ਫੱਕੂ ਦੀ ਬੋਰੀ ਕੁਸੇ ਚਾਹੀਦੀ ਬਿਆਲੀ ਗੱਡੀ ਕੁਸੇ ਚਾਹੀਦੀ ਘੋੜੀ ਤੋ ਆਹਰ ਜਮਾਰੇ ਸੰਦੇਸ਼ ਹੈ ਕਿ ਦੇਸ਼ਵਾਸੀਓ ਇੱਕ ਹੀ ਸਾਗਰ ਅੰਦਰ ਮਾਰੋ ਗੋਤਾ ਹਾ ਦੇਸ਼ਵਾਸੀਓ ਇਰਖੀ ਸਾਗਰ ਅੰਦਰ ਮਾਰੋ ਗੋਤਾ ਸਭਨੇ ਕੰਨੇ ਪਿਆਰ ਕਰੋ ਤਸ ਘੋੜਾ ਹੋਆ ਪਾ ਖੋਤਾ ਵਾ ਵਾ ਦੇਸ਼ਵਾਸੀਓ ਇਰਖੀ ਸਾਗਰ ਅੰਦਰ ਮਾਰੋ ਗੋਤਾ ਵਾ ਵਾ ਸਭਨੇ ਕੰਨੇ ਪਿਆਰ ਕਰੋ ਤਸ ਘੋੜਾ ਹੋਆ ਪਾ ਖੋਤਾ ਘੋੜੀ ਦੀਆਂ ਅਸੀਂ ਸੁਣੀਆਂ ਸਿਫਤਾਂ ਦੇ ਘਰੇ ਕੀ ਗੱਡੀ ਮੋੜੀ ਤੁਸੀਂ ਚਾਹੀਦੀ ਵਿਆਹ ਲਈ ਗੱਡੀ ਤੁਸੀਂ ਚਾਹੀਦੀ ਘੋੜੀ ਇਹ ਮਾਰਾਈ ਪਈ ਗੱਡੀ ਤੇ ਕੋੜੀ ਉੱਪਰ ਚਾੜਾ ਕਰਦੇ ਏ ਵਿਜੇ ਸ਼ਰਮਾ ਔਰ ਤਾਂ ਵਿਜੇ ਜੀ ਮਿੱਗੀ ਇਹ ਦੱਸੋ ਪਈ ਹੁਣ ਤੱਕ ਕਿੰਨੀਆਂ ਕਿਤਾਬਾਂ ਤੁਸੀਂ ਲਿਖੀ ਚੁੱਕੇ ਹੋ ਦੇਖੋ ਜੀ ਇਹ ਜਿਹੜੀ ਕਿਤਾਬ ਹੁਣ ਅੱਜ ਮਲੇਕੋਂ ਡਿਮੋਸ਼ਨ ਆਇਆ ਇਹਦਾ ਇਹ ਮੇਰੀ 14ਵੀਂ ਕਿਤਾਬ ਜਿਹਦੇ ਵਿੱਚ ਮੈਂ ਕਵਤਾ ਬੋਲ ਰਹਾ ਅੱਛਾ 14ਵੀਂ ਕਿਤਾਬ ਹੈ ਮੇਰੀ 14ਵੀਂ ਕਿਤਾਬ ਹੈ 13 ਕਿਤਾਬਾਂ ਪਹਿਲੇ ਲਿਖੀ ਚੁੱਕੇ ਨੇ ਜਿੰਦੇ ਚ ਕੋਈ ਸਮਝੋ ਅੱਠ ਹਾਰੀਆਂ ਜਿਹੜੀਆਂ ਉਹ ਬਾਲ ਸੈਜ ਤੋਂ ਉਪਰ ਜਦੋਂ ਮੈਨੂੰ ਵਾਰਡ ਮਿਲਿਆ ਹਾ ਉਹਦੇ ਬਾਅਦ 6 ਜਿਹੜੀਆਂ ਉਹ ਮੇਨ ਤੇ ਦੇਖੋ ਆਪਣੇ ਭਰਾ ਪਸੰਦ ਕਰਾ ਦੇਣ ਤੁਹਾਡੇ ਜਿਹੜੇ ਬੁੱਧੀਜੀਵਨ ਉਹ ਪਸੰਦੀ ਵੀ ਕਰਾ ਦੇਣ ਤੇ ਆਈ ਕਲ ਦੇ ਲਾਈਕ ਦਾ ਜਮਾਨਾ ਲਾਈ ਵਗਰਾ ਦੇਣ ਹੂੰ ਹੂੰ ਤੇ ਡਿਸਲਾਈਕ ਕਦੇ ਨਹੀਂ ਹੋਏ ਭਗਵਾਨ ਦੀ ਦਇਆ ਕਰਨ ਬਹੁਤ ਅੱਛਾ ਜੀ ਤੁਸੀਂ ਕਿਹਨੇ ਚਲਾ ਕਰਦਾ ਅੱਛਾ ਮੈਂ ਇਹ ਦੱਸੋ ਭਾਈ ਵਿਅੰਗ ਦੇ ਵਿਸ਼ੇ ਕੀ ਚੁਣਿਆ ਤੁਸੀਂ ਤੁੰਦੀਆਂ ਜ਼ਿਆਦਾਤਰ ਜਿਹੜੀਆਂ ਕਵਤਾਂ ਨੂੰ ਵਿਅੰਗ ਕੋਜੀ ਇੱਕ ਵਾਰੀ ਦੀ ਗੱਲ ਹੈ 1981 ਦੀ ਗੱਲ ਹੈ ਸੈਮੀਨਾਰ ਚੱਲ ਰਿਹਾ ਅਗਨੂਰ ਤੇ ਜੰਮੂ ਦਾ ਜਿਹੜੇ ਪਾਰਟੀ ਆਣੀ ਸੀ ਉਹ ਲੇਟ ਹੋਈ ਉੱਥੇ ਬੈਠੇ ਨਦੋਸ਼ਰ ਚਲੋ ਜੀ ਜਿੰਨੀ ਚਿਰ ਇੱਕ ਇੱਕ ਕਵਤਾ ਸੁਣਾਓ ਉੱਥੇ ਟਾਉਨ ਹਾਲ ਚ ਬੈਠੇ ਅੱਛਾ ਉਹ ਤਾਂ ਬੇਦਬਲ ਦੀਪੌਰ ਬੈਠੇ ਠੀਕ ਹੈ ਗਜ਼ਲ ਦਾ ਬਾਦਸ਼ਾਹ ਹੈ ਬਾਦਸ਼ਾਹ ਹੈ ਤੇ ਮੈਂ ਜਨਾਬ ਗਜ਼ਲ ਆਦਰ ਹੈ ਤੋਨੇ ਪੁਆ ਮੁੰਡੀ ਕੀਤੀ ਬੋਲਦੇ ਬੜੇ ਘਾਟੇ ਬੋਲੋ ਬੋਲੋ ਜਨਾ ਬੋਲੀ ਵਾ 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 ਜਿ ਲੈ ਗਜ਼ਲ ਖਤਮ ਹੋਨੇ ਮੁੰਡੀ ਉੱਪਰ ਚੁੱਕੇ ਕੌਣ ਕਹਾਂ ਬਾਵਾ ਕੌਣ ਕਰਾ ਕੋਈ ਨਹੀਂ ਕੀਤੀ ਬਾਵਾ ਇਹ ਬਈ ਯਾਦ ਰੱਖਤਾ ਲੈ ਮੇਰੇ ਕੋ ਮੈਂ ਖੁਸ਼ ਹੋਇਆ ਤੇ ਮੇਰੀ ਗਜ਼ਲ ਨੂੰ ਕਸ਼ਮੀਰੀ ਟਾਈਮ ਛੱਬੀ ਜਾਣੀ ਹੈ ਉਹਨੇ ਮੇਰੇ ਸਾਹਮਣੇ ਟੋਟੇ 4 6 ਕਿਤੇ ਬੜੇ ਛੰਡ ਕਰਾਈ ਮੈਂ ਮਰ ਜਿਕੇ ਬਣਿਆ ਆਲੇ ਬੀਜੇ ਜੇ ਤੂੰ ਆਪਣਾ ਪਛਾਣ ਬਣਾਉਣਾ ਚਾਹੁੰਦਾ ਤਾਂ ਅੱਜੇ ਕੋਲਾ ਬਿਆੰਗ ਲਿਖਣਾ ਸ਼ੁਰੂ ਕਰ ਇਹ ਗਜ਼ਲ ਜੀ ਬਿਆੰਗਾ ਵਗੈਰ ਤੇ ਗਜ਼ਲ ਮੇਉ 1981 ਕੋਲਾ ਵਿਅੰਗ ਲਾਉਣਾ ਸ਼ੁਰੂ ਕੀਤਾ ਤੇ ਅੱਜ ਹੁੰਦੇ ਗੁੱਡ ਵਿਸ਼ਸ ਕਰਨ ਉਹਦੀ ਆਤਮਾ ਵੀ ਉੱਥੇ ਉੱਪਰ ਸੁਣਾ ਕਰਦੀ ਹੈ ਉਤੋਂ ਸੁਣ ਵੀ ਸੁਣਾ ਦਿਓ ਤੇ ਵਿਅੰਗ ਚ ਇੱਕ ਮੇਨੇ ਆਫ ਦਾ ਮੇਰਾ ਇੱਕ ਮੁਕਾਮ ਹੈ ਲੇਕਿਨ ਇੱਕ ਪਹਿਚਾਨ ਹੈ ਮੇਰੀ ਨਹੀਂ ਨਹੀਂ ਬਿਲਕੁਲ ਬਹੁਤ ਅੱਛਾ ਲਿਖ ਦਿਓ ਤੇ ਹੁਣ ਕੇ ਸੁਣਾਣਾ ਸਾੜੇ ਦਿਖਣਿਆਂ ਲੇੰਗੀ ਦੇਖੋ ਜੀ ਇੱਕ ਹੁੰਦੇ ਨੇ ਖੁਰਕ ਤੂੰ ਹੀ ਬੜੀ ਖੁਰਕ ਲੱਗੀ ਦੀ ਕਪਤਾ ਲੈਣੇ ਦੀ ਤੂੰ ਹੀ ਬੜੀ ਖੁਰਕ ਲੱਗੀ ਦੀ ਗੱਲਾਂ ਕਰਨੇ ਦੀ ਤੇ ਖੁਰਕ ਬੜੀ ਕਸਮ ਦੀ ਹੁੰਦੀ ਹੈ ਮੈਂ ਸੋਚਿਆ ਨੇ ਖੁਰਕ ਪਰ ਕਪਤਾ ਸੁਣਾਇਆ ਉਹਦਾ ਗੱਲ ਪਹਿਲਾ ਇੱਕ ਚਮੁੱਖਾ ਸੁਣਿਓ ਕਿ ਮਿਗੀ ਮੇਰਾ ਮਿੱਤਰ ਬੜਾ ਮ ਮੀਗੀ ਮੇਰਾ ਮਿੱਤਰ ਮੇਰਾ ਮਿੱਤਰ ਬੜਾ ਮਾਨ ਦਿੰਦਾ ਹੈ ਮੇਰੀ ਹਰ ਇੱਕ ਗੱਲਾ ਪਰ ਧਿਆਨ ਦਿੰਦਾ ਹੈ ਪੈਸਾ ਫ਼ਯੂਲ ਖਰਚਣਾ ਕੋਈ ਠੀਕ ਗੱਲ ਨਹੀਂ ਹਮ ਮੇਰੇ ਕਾ ਪੱਲਿਆ ਖਾਈ ਮੀ ਉਹ ਗਿਆਨ ਦਿੰਦਾ ਹੈ ਆਹਾ ਬਹੁਤ ਅੱਛਾ ਤੋ ਆਦਾ ਹੋਰ ਨੇ ਕਰਨਾ ਇਰਖ ਉਹ ਰੋਲ ਕਰਾ ਦੇਣਾ ਹਮ ਪਰ ਸਾੜੀ ਇਰਖੀ ਫਾਈਲ ਉਹ ਕਲੋਜ਼ ਕਰਾ ਦੇਣ ਕਲੋਜ਼ ਕਰਾ ਦੇਣ ਬਾਗੇ ਦੀ ਇਹ ਦੁਰਗਤੀ ਹੋਈਏ ਦੀ ਇਹ ਦੋਸਤੋ ਜੇ ਤ੍ਰਡੇ ਵੀ ਹੁਣ ਕਲੀਆਂ ਕੀ ਪ੍ਰਪੋਜ਼ ਕਰਾ ਦੇਣ ਵਾਹ ਵਾਹ ਤ੍ਰਡੇ ਪੌਰੇ ਪੌਰੇ ਕੰਮ ਖਤਮ ਹੋ ਗਿਆ ਤਿੰਡੇ ਦੀ ਆਇਆ ਹੋਇ ਤਿੰਡੇ ਹਾਦੇ ਤਿੰਡੇ ਫੰਗ ਲਾ ਫੰਗ ਲੱਗਾ ਜੋ ਹਿਸਾਬ ਹੈ ਬਿਲਕੁਲ ਆਦਾ ਖੁਰ ਕੇ ਦਿਖੋ ਮਾਰੇ ਅੱਛਾ ਖੁਰ ਕੇ ਇਹ ਹੈ ਭਈ ਨਾ ਦਿਖਦੀ ਥਾਰ ਕਥਾਰ ਤੇ ਨਾ ਦਿਖਦੀ ਇਹ ਮੌਕਾ ਅੱਛਾ ਨਹੀਂ ਦਿਖਦੀ ਖੁਰ ਕੈਸੀ ਚੀਜ ਹੈ ਮਾਰੇ ਕਿ ਕੁੱਥੇ ਕੁੱਥੇ ਹੁੰਦੀ ਹੈ ਦੱਸਣ ਨਹੀਂ ਹੁੰਦਾ ਨਾ ਇਹ ਦਿਖਦੀ ਥਾਰ ਕਥਾਰ ਤੇ ਨਾ ਦਿਖਦੀ ਇਹ ਮੌਕਾ ਨਾ ਇਹ ਦਿਖਦੀ ਰਿਸ਼ਤਾ ਨਾਤਾ ਨਾ ਇਹ ਵੱਡਾ ਲੋਕਾ ਐਸੇ ਐਸੇ ਥਾਰ ਹੁੰਦੀ ਮੈਂ ਨਹੀਂ ਦੱਸੀ ਸਕਦਾ ਨਾ ਗਰ ਜੀ ਰੋਈ ਸਕਦਾ ਤੇ ਨਾ ਗ ਅਸੀ ਸਕਦਾ ਤੋ ਦਾਤ ਕੀਏ ਕਈ ਵਾਰੀ ਅਸੀਂ ਕੰਦਣੇ ਪਿੱਠ ਘਰੇੜੀ ਦਾਤ ਕੀਏ ਕਈ ਵਾਰੀ ਅਸੀਂ ਕੰਦਣੇ ਪਿੱਠ ਘਰੇੜੀ ਤੋ ਨੱਕੇ ਲੱਗੀ ਖੁਰਕ ਦਾ ਪਲੇ ਚ ਮੁੰਡੀ ਕਰ ਰਹੀ ਨੇੜੀ ਇਸ ਖੁਰਕਾ ਦੀਆਂ ਦੁਨੀਆ ਅੰਦਰ ਹੁੰਦੀਆਂ ਕਿਸਮਾਂ ਲੱਖਾਂ ਕੇ ਕੇ ਦੱਸਾਂ ਸਵਾਦ ਤੁਸੀਂ ਕੀ ਕੇ ਆਪੂ ਚੱਖਾਂ ਤੋ ਬਚ ਨਹੀਂ ਸਕਦੇ ਇਹਦੇ ਸ਼ਾ ਵੀ ਐਲਕਾਰ ਤੇ ਅਫਸਰ ਵਾਹ ਵਾਹ ਬਚ ਨਹੀਂ ਸਕਦੇ ਇਹਦੇ ਸ਼ਾ ਵੀ ਐਲਕਾਰ ਤੇ ਅਫਸਰ ਪਰਦੇ ਲੱਬੇ ਕੰਨ ਸਦਾ ਗਾਇਤ ਇੱਕ ਦੂਏ ਦੇ ਅਕਸਰ ਤੋ ਖੁਰਕ ਆਪਣੀ ਮਿੱਠੀ ਕਰਨੇ ਸਭ ਕੱਡਾ ਦੇ ਚਸ ਵਾਹ ਵਾਹ ਖੁਰਕ ਆਪਣੀ ਮਿੱਠੀ ਕਰਨੀ ਸਭ ਕੱਡਾ ਦੇ ਚੱਸ ਭਾਵੇਂ ਉਹ ਗਵਾਂਢ ਤੇ ਮੱਲਾ ਭਾਵੇਂ ਨੂ ਤੇ ਸੱਸ ਤੇ ਚੋਰੀ ਡਾਕਾ ਕਰੀਏ ਜੇ ਕੋਈ ਲਈ ਜਾ ਸੋਤੀ ਫੰਡੀ ਤਾਂ ਖੁਰਕ ਨੁਹਾੜੀ ਹੁੰਦੀ ਜੇ ਆਵਾਲਾ ਚ ਠੰਡੀ ਬਹੁਤ ਅੱਛਾ ਚੋਰੀ ਡਾਕਾ ਕਰੀਏ ਜੇ ਕੋਈ ਲਈ ਜਾ ਸੋਤੀ ਫੰਡੀ ਤੇ ਖੁਰਕ ਨੁਹਾੜੀ ਹੁੰਦੀ ਜੇ ਆਵਾਲਾ ਚ ਠੰਡੀ ਬਹੁਤ ਅੱਛਾ ਤੋ ਸਾਗਰ ਸਾਹਿਬ ਬੜੀ ਗੇ ਪਿਹੜੀ ਖੁਰਕ ਜੀਬ ਦੀ ਕਰਦੀ ਖੂਨ ਖਰਾਬੇ ਵਾ 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 ਬੜੀ ਗੇ ਪਿਹੜੀ ਖੁਰਕ ਜੀਬੇ ਦੀ ਕਰਦੀ ਖੂਨ ਖਰਾਬੇ ਉਹ ਮਤੀਆਂ ਮਹਿੰਗੀਆਂ ਪੌਂਦੀਆਂ ਬੜਕਾਂ ਦੇ ਮਤਗੇ ਮਹਿੰਗੇ ਦਾਬੇ ਤੋ ਭਾਂਡੇ ਟਿੰਡੇ ਸਭ बिकੀ ਗਏ ਘਰੇ ਦੀ ਹੋएगी ਖੁਰਕੀ ਉਹ ਕਿਤਲੇ ਖਿਆ ਪਛਤਾਣਾ ਪਿਛੂਆ ਸਿਰੇ ਗੇ ਖੁਰਕੀ ਖੁਰਕੀ ਵਾਹ ਬਹੁਤ ਅੱਛਾ ਹੈ ਜੀ ਭਾਂਡੇ ਟਿੰਡੇ ਸਭ बिकੀ ਗਏ ਹੈ ਘਰੇ ਦੀ ਹੋएगी ਖੁਰਕੀ ਕਿਤਲੇ ਖਿਆ ਪਛਤਾਣਾ ਪਿਛੂਆ ਸਿਰੇ ਗੇ ਖੁਰਕੀ ਖੁਰਕੀ ਤੋ ਜਿੰਨੀਆਂ ਮਰਜੀ ਖੁਰਕੋ ਤਲੀਆਂ ਕਦੇ ਨਹੀਂ ਹੁੰਦੀ ਮਾਇਆ ਉਹ ਜਿੰਨੀਆਂ ਮਰਜੀ ਖੁਰਕੋ ਤਲੀਆਂ ਕਦੇ ਨਹੀਂ ਹੁੰਦੀ ਮਾਇਆ ਐਵੇਂ ਤੁਸੀਂ ਖੁਰਕੀ ਖੁਰਕੀ ਆਪਣਾ ਹੱਥ ਘਸਾਇਆ ਬਹੁਤ ਅੱਛਾ ਐਵੇਂ ਆ ਤੁਸੀਂ ਖੁਰਕੀ ਖੁਰਕੀ ਆਪਣਾ ਹੱਥ ਘਸਾਇਆ ਤੇ ਲਈਆ ਸਾਰਾ ਬੀਪੀ ਦਾ ਤੁਸੀਂ ਖੁਰਕ ਕਰੋ ਨਹੀਂ ਢੰਡੀ ਹਾਂ ਲਈਆ ਸਾਰਾ ਬੀਪੀ ਦਾ ਤੁਸੀਂ ਖੁਰਕ ਕਰੋ ਨਹੀਂ ਢੰਡੀ ਲੋਕਾਂ ਲਈ ਮਨੋਰੰਜਨ ਹੁੰਦਾ ਨੇ ਘਰੇ ਦੀ ਪੁੰਦੀ ਢੰਡੀ ਤੋਂ ਅਗਲੀ ਕਮਜ਼ੋਰ ਦਿੱਖੀ ਹੈ ਕਦੇ ਨਹੀਂ ਕਦੇ ਵੀ ਨਹੀਂ ਤੁਸੀਂ ਖੁਰਕੋ ਹਾਂ ਅਗਲੀ ਕੀ ਕਮਜ਼ੋਰ ਸਮਝੀ ਹੈ ਕਦੇ ਵੀ ਨੀ ਤੁਸ ਘੁਰਕੋ ਉਹ ਦੋਸ਼ ਨਹੀਂ ਦੁਖੋ ਦੂਏ ਦੇ ਪਹਿਲੇ ਪਿੱਠ ਆਪਣੀ ਘੁਰਕੋ ਦੋਸ਼ ਨਹੀਂ ਦੋਸ਼ ਨਹੀਂ ਦਿਖੋ ਦੂਏ ਦੇ ਪਹਿਲੇ ਪਿੱਠ ਆਪਣੀ ਘੁਰਕੋ ਇਹ ਵੀ ਜੀ ਸ਼ਰਮਾ ਹੋ ਰਹੇ ਜੀ ਅਮੇ ਪਹਿਲੇ ਦੱਸਿਆ ਕਿ ਬਿਆੰਗ ਉਪਰ ਬੜੀ ਪਿਆਨੀ ਜਿਹੜੀ ਕਲਮ ਹੈ ਉਹ ਚਲਾਂਦੇਣ ਡੋਗਰੀ ਮਾਂ ਬੋਲੀਗੀ ਇੰਦੇ ਕੋਲਾ ਬੜੀਆਂ ਮਤੀਆਂ ਮੇਦਨ ਔਰ ਲਗਾਤਾਰ ਕਲਮ ਦੀ ਸਾਧਨਾ ਚ ਇਹ ਲੱਗੇ ਦੇਣ ਔਰ ਇੰਦੇ ਕੋਲਾ ਮੇਦ ਕੀਤੀ ਜਾਂਦੀ ਹੈ ਕਿ ਅਗੋਂ ਆਸਤੇ ਵੀ ਇਹ ਡੋਗਰੀ ਦੇ ਖਜ਼ਾਨੇ 'ਚ ਆਪਣੀ ਕਲਮ ਰਾਂਏ ਵਿਅੰਗ ਉਪਰ ਤੰਜ ਕਸਣ ਵਾਲੀਆਂ ਜਿਹੜੀਆਂ ਇੰਦੀਆਂ ਕਪਤਾਨ ਉਹ ਲਗਾਤਾਰ ਆਉਂਦੀਆਂ ਰੋਣ